ਮੈਂ ਜ਼ਿੰਦਗੀ ਦੇ ਵਿੱਚ ਦੋ ਨਿਯਮਾਂ ਰੱਖਣੀਆਂ ਸੀ, ਇੱਕ ਰੱਬ ਦੇ ਘਰ ਕੇ ਹਰਿਮੰਦਰ ਸਾਹਿਬ ਦੀ ਤੇਰੇ ਹੱਥ ਨਾਲ ਰੱਖਾਈ ਗਿਆ, ਉਹ ਤਾਂ ਨਿਯਮ ਰੱਖਾਈ ਰੱਬ ਦੇ ਘਰ ਦੀ ਮੈਂ ਤੇਰੇ ਹੱਥੋਂ ਕਹਿੰਦੇ ਪੱਤੀਆਂ ਤਵੀਆਂ ਤੇ ਬਹਿ ਕੇ ਤੇਥੋਂ ਨਿਯਮ ਰੱਖੀ ਨਹੀਂ ਸੀ ਜਾਣੀ, ਮੈਂ ਸ਼ਹੀਦੀ ਦੀ ਨਿਯਮ ਰੱਖਣ ਲੱਗਿਆ। ਰੋਟੀ ਖਾ ਜਗਾਰੇ ਛੱਡੀ, ਆਪਾਂ ਗੁਰੂ ਨਾਨਕ ਦੇ ਘਰ ਦੇ ਸਤਸੰਗਤ ਮਿੱਟੀ ਵੀ ਨੀ ਬਣ ਸਕਦੇ, ਕਿਸੇ ਦਾ ਸੀਰ ਹੋਣਾ। ਜਦੋਂ ਕਿਹਾ ਸਾਈ ਜੀ ਇਹੋ ਜਿਹਾ ਸਮਾਊ ਪਹਿਲੇ ਸਿੱਖਾਂ ਦੀਆਂ ਲੈਣਾ ਲੱਗਿਆ ਕੱਲੀਆਂ ਸ਼ਹੀਦ ਹੋਣ ਵਾਸਤੇ, ਗੁਰੂ ਅਰਜਨ ਦੇਵ ਨੇ ਸ਼ਹੀਦੀ ਰੱਖਿਆ ਨਿਆਉਣ ਕੀਤੀ ਆ, ਹੁਣ ਵੀ ਲੈਣਾ ਲੱਗਦਾ, ਇਹ ਨਹੀਂ ਵੀ ਉਵੇਂ ਲੱਗਦਾ, ਹੁਣ ਵੀ ਕਿਸੇ ਪਿੰਡ ਦੇਖ ਲਓ ਆਸਾ ਸਿੱਖ ਸਿੱਖ ਸ਼ਹੀਦ ਹੋ, ਕੋਈ ਧਰਮ ਦਾ ਬੰਦਾ ਦੇਖ ਲਓ ਅਸਲ ਸ਼ਹੀਦ ਹੁੰਦਾ ਦਿਖਾ ਦਿਓ, ਅਸਲਾਮ ਧਰਮ ਦੇ ਵਿੱਚ ਇੱਕ ਸੰਦੇਸ਼ ਹੈ ਨਸ਼ੀਨ ਮੰਨਦੇ ਔਰ ਉਹ ਪਿਆਸੇ ਮਰੇ, ਉਹਨਾਂ ਨੇ ਕੋਈ ਜੱਗ ਨਹੀਂ ਕੀਤਾ, ਹੁਣ ਇਹਨਾਂ ਕੋਈ ਜੱਗ ਨਹੀਂ ਕੀਤਾ, ਉਹਨਾਂ ਉਹ ਅਸਲਾਮ ਧਰਮ ਦੇ ਲੋਕ ਉਹਨੂੰ ਸ਼ਹੀਦ ਮੰਨਦੇ ਆ। ਜਦੋਂ ਉਹ ਕਰਬਲਾ ਦੇ ਵਿੱਚ ਨਾ ਉਹਨਾਂ ਦਾ ਦਿਨ ਮਨਾਉਂਦੇ, ਉਹ ਆਪਣੇ ਛੋਲੇ ਮਾਰਦੇ ਹੋਏ ਸੰਦੇਸ਼ ਹੈ ਤੁਸੀਂ ਸਾਡੀ ਖਾਤਰ ਸ਼ਹੀਦ, ਇਹ ਬੁੱਲੇ ਸਾਹਿਬ ਚੁੱਕੇ ਨਹੀਂ ਜਾਂਦੇ, ਤੇ ਸਿੱਖਾਂ ਦੇ ਵਿੱਚ ਉਹਨੇ ਸਾਲ ਦੇ ਦਿਨ ਥੋੜੇ ਆ ਸ਼ਹੀਦ ਜਾਂਦੇ, ਸਿੱਖਾਂ ਦਾ ਇਤਿਹਾਸ ਪੜ੍ਹੋ, ਸਾਲ ਦੇ ਦਿਨ ਥੋੜੇ ਆ 365 ਤਾਂ ਸ਼ਹੀਦ ਜਾਂਦੇ, ਕਿਸੇ ਦਾ ਸੀਨ ਹੈ ਸਨਾਤਨ ਧਰਮ ਦੇ ਵਿੱਚ ਕੋਈ ਸ਼ਹੀਦ ਨਹੀਂ, ਇੱਕ ਲਾਲਾ ਲਾਜਪਤ ਰਾਏ ਜਿਹੜੇ ਡਾਂਗਣਾ ਮਰਿਆ ਉਹਨੂੰ ਸ਼ਹੀਦ ਕਹੀ ਜਾਂਦੇ, ਮਰਿਆ ਤਾਂ ਡਾਂਗਣਾ ਹੀ ਹੈ ਪਰ ਉਹਨੂੰ ਸ਼ਹੀਦ ਕਹੀ ਜਾਂਦੇ, ਲੋਕ ਭੁੱਲੇ ਭੋਲੇ ਆ ਬੇਚਾਰੇ, ਸ਼ਹੀਦ ਤਾਂ ਉਹ ਹੁੰਦੇ ਜਿਹੜੇ ਮੌਤ ਨੂੰ ਮੌਤ ਨੂੰ ਮਖੌਲ ਕਰਦੇ ਆ, ਸ਼ਹੀਦ ਡਾਂਗਣਾ ਮਰਨ ਵਾਲੇ ਸ਼ਹੀਦ ਨਹੀਂ ਹੁੰਦੇ, ਚਾਹੇ ਮਰਨ ਵਾਲੇ ਸ਼ਹੀਦ ਨਹੀਂ ਹੁੰਦੇ, ਸ਼ਹੀਦ ਉਹ ਹੈ ਜਿਹੜੇ ਛੱਤ ਨੇ ਤਾੜ ਤਾੜ ਕੇ ਮੌਤ ਨੂੰ ਵਿਹੂਦੇ, ਕਿਸੇ ਦਾ ਸੀਨ ਹੋਣਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਕਿਸੇ ਦਾ ਸਮਾਂ ਜਦੋਂ ਮੀਆਂ ਮੀਰ ਫਕੀਰ ਨੂੰ ਕਿਹਾ ਕਹਿੰਦੇ ਸਾਈ ਜੀ ਅਸੀਂ ਸ਼ਹੀਦੀ ਦੀ ਨਾਮ ਰੱਖਣ ਲੱਗੇ ਹਾਂ, ਸਮਾਂ ਆਊਗਾ ਮੇਰੇ ਸਿੱਖ ਲੈਣਾ ਲੱਗਿਆ ਕਣਗੀਆਂ ਸ਼ਹੀਦ ਹੋਣ ਵਾਸਤੇ, ਤੇ ਕਿਸੇ ਦੀਆਂ ਲੈਣਾ ਲੱਗੀਆਂ, ਬਾਬਾ ਬੰਦਾ ਸਿੰਘ ਬਹਾਦਰ ਦੇ 3.5 ਸਾਲ ਦਾ ਮੁੰਡਾ ਸ਼ਹੀਦ ਹੋਣ ਨੂੰ ਕਹਿੰਦਾ ਮੈਂ ਸ਼ਹੀਦ ਹੋਣਾ, ਜਿਹਦਾ ਕਾਲਜਾ ਕੱਢਿਆ ਤਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤ ਦਾ 3.5 ਸਾਲ ਦੀ ਉਮਰ ਹੋਣੀ ਹੈ, ਕੋਈ ਹੈ ਦੁਨੀਆਂ ਦੇ ਵਿੱਚ ਆਪਾਂ ਪੁੱਤਾਂ ਦੀ ਖਾਤਰ ਦੇਣ ਲੱਗ ਭੁੱਜੇ ਫਿਰਦੇ, ਪੁੱਤਾਂ ਦੀ ਇੰਨੀ ਖਾਤਰ ਦੇਣ ਲੱਗ ਭੁੱਜੇ ਫਿਰਦੇ ਆ, ਭਾਵੇਂ ਕੋਈ ਜਿਹੜਾ ਮਰਜ਼ੀ ਕੀ ਨਹੀਂ ਧਿਆਨੀ ਹੈ ਭਾਅ ਦੀ ਬਣੀ ਪਈ ਹੈ ਬੰਦੇ, ਪਰ ਕਿਸੇ ਦਾ ਸੀਨ ਹੋਣਾ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਪੁੱਤ ਦਾ ਕਾਲਜਾ ਕੱਢਣ ਲੱਗੇ ਇਹਦੇ ਪੁੱਤ ਨੂੰ ਮਿਲਣਾ, ਹੁਣ ਸੋਚਿਆ ਵੀ 3.5 ਸਾਲ ਦੀ ਉਮਰ ਆ ਮੇਰਾ ਪੁੱਤ ਮੌਤ ਤੋਂ ਤੁਰਨ ਲੱਗ ਗਿਆ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲਾਇਆ ਉਹ ਕਹਿੰਦੇ ਪੁੱਤ ਮੌਤ ਤੋਂ ਡਰ ਲੱਗਦਾ, ਕਹਿੰਦਾ ਬਾਪੂ ਮੌਤ ਕੀ ਹੁੰਦੀ ਆ, ਇੰਨੀ ਗੱਲ ਕਹੀ ਤੇ ਬਾਬਾ ਬੰਦਾ ਸਿੰਘ ਖੁਸ਼ ਹੋ ਗਿਆ, ਕਹਿੰਦਾ ਮੇਰਾ ਤਾਂ ਪੁੱਤ ਵੀ ਨਹੀਂ ਮੌਤ ਤੋਂ ਡਰ, ਇਹਨੂੰ ਕਹਿੰਦੇ ਆ ਸਿੱਖੀ ਕਿਸੇ ਦਾ ਸੀਨ ਹੈ
ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦੋਂ ਮੀਆਂ ਮੀਰ ਫਕੀਰ ਨੂੰ ਕਿਹਾ ਤੇ ਸਾਧ ਸੰਗਤ ਉਹਦੇ ਅੱਖਾਂ ਦਾ ਪਾਣੀ ਸੁੱਕ ਗਿਆ ਤੇ ਹੱਥ ਬੰਨ ਕੇ ਖੜ ਗਏ। ਇਸੇ ਤਰ੍ਹਾਂ ਜਦੋਂ ਚੰਦੂ ਦੀ ਨਹੁੰ ਨੇ ਆਣ ਕੇ ਧਾਹਾਂ ਮਾਰੀਆਂ, ਕਈ ਬੰਦੇ ਕਹਿੰਦੇ ਵੀ ਜੋ ਦੁੱਧ ਲਗਾਏ ਫਲਾਨਾ ਚੌਕਾ ਇਹੋ ਜਿਹੀਆਂ ਗੱਲਾਂ ਕਰਦੇ ਹੁੰਦੇ ਆ। ਇਤਿਹਾਸਕਾਰ ਰਹਿਣ ਮਾਤੁਕਲਾ ਨੂੰ ਬਧਾਉਣਾ ਕਰ ਲੈਣੀ ਮੈਨੇ ਉਹ ਦੱਸੋ ਵੀ ਜਿਹੜਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੱਤੀਆਂ ਤਵਿਆਂ ਤੇ ਬਿਠਾਉਂਦਾ ਹੈ ਉਹਦੇ ਘਰ ਦਾ ਦੁੱਧ ਪੀ ਲੈਣਗੇ ਗੁਰੂ ਅਰਜਨ ਦੇਵ ਮਹਾਰਾਜ? ਇਹ ਇਹੋ ਗੱਲਾਂ ਹੁੰਦੀਆਂ ਜਿਵੇਂ ਸਾਹਿਬਜ਼ਾਦੇ ਨੂੰ ਵੀ ਪਾਣੀ ਪੀਣ ਆ ਗਿਆ, 10 ਲੱਖ ਪਾਉਣ ਦਾ ਘੇਰਾ ਪਾਇਆ ਹੋਵੇ ਕਹਿੰਦੇ ਹੁੰਦੇ ਵੀ ਪਾਣੀ ਪੀਆ। ਮੇਰਾ ਕਹਿਣ ਦਾ ਮਤਲਬ ਕਿਹੋ ਜਿਹਾ ਸੀਨ ਹੋਣਾ, ਪਰ ਚੰਦੂ ਦੀ ਨਹੁੰ ਨੇ ਜਦੋਂ ਬਰਾਕ ਕੀਤਾ ਤੇ ਮਹਾਰਾਜ ਪੁੱਛਦੇ ਆ ਧੀਏ ਮੰਗ ਕੀ ਮੰਗਦੀ ਆ, ਕਹਿੰਦੀ ਮਹਾਰਾਜ ਕਿਰਪਾ ਕਰਿਓ ਜਦੋਂ ਤੁਸੀਂ ਸੱਚਖੰਡ ਨੂੰ ਜਾਵੋ ਮੈਨੂੰ ਨਾਲ ਹੀ ਲੈ ਜਾਓ। ਦੇਖੋ ਕਿੰਨੀ ਕੀ ਚੀਜ਼ ਮੰਗੀ ਆ। ਆਇਆ ਸਮਾਂ ਜਿਹੜਾ ਆ ਰਿਹਾ 10 ਤਰੀਕ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਰਾਵੀ ਤੇ ਲੈ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੇ ਉਹਦੇ ਪਤਾ ਲੱਗਿਆ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਲੈ ਕੇ ਤਾਂ ਗਏ ਸੀ ਵੀ ਠੰਡਾ ਪਾਣੀ ਲੱਗੂ ਤੁਸੀਂ ਇਹ ਦੁੱਖ ਜਾਂਦੇ ਹੋ, ਪਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹੋ ਜਿਹਾ ਰਾਵੀ ਚ ਚੁੱਪਾ ਮਾਰਿਆ ਮੁੜ ਕੇ ਸਰੀਰ ਬਾਹਰ ਆਏ। ਇਹਨੂੰ ਕਹਿੰਦੇ ਰਹਿੰਦੇ ਗੁਰਦਰਿਆ ਵਿੱਚ ਮੀਨ ਕਲੀਨ ਹਿਰਤ ਨਰਵਾਣੀ, ਇਹ ਦੋ ਗੁਰੂਆਂ ਦਾ ਅੰਗੀਠਾ ਨਹੀਂ ਇੱਕ ਹੋਰ ਨਾਨਕ ਦਾ ਗੀਠਾ ਨਹੀਂ ਹੈ, ਪਰ ਉਹ ਵੀ ਸਣੇ ਤੇ ਹੀ ਸੱਚਖੰਡ ਨੂੰ ਗਏ ਤੇ ਗੁਰੂ ਅਰਜਨ ਦੇਵ ਮਹਾਰਾਜ ਸਣੇ ਤੇ ਹੀ ਸੱਚਖੰਡ ਨੂੰ ਚਲੇ ਗਏ। ਤੇ ਜਦੋਂ ਬੀਬੀ ਕਰ ਚੰਦੂ ਦੀ ਨਹੁੰ ਨੂੰ ਪਤਾ ਲੱਗਿਆ ਤੇ ਚੰਦੂ ਦੀ ਨਹੁੰ ਨੇ ਵੀ ਸਰੀਰ ਕਿਉਂ ਛੱਡਤਾ ਜਿਵੇਂ ਸੱਪ ਪੁੰਜ ਛੱਡਦਾ। ਇਹਨੂੰ ਕਹਿੰਦੇ ਸੂਰਜ ਕਿਰਨ ਮਿਲੀ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਅੱਲਾ ਕੇ ਦਰਸੀਨ ਬਣਾ। ਆਓ ਗੁਰਮੁਖ ਪਿਆਰੇ ਪਰਿਵਾਰਾਂ ਨੇ ਗੁਰੂ ਕੀ ਓਟ ਲੈ ਕੇ ਅਖੰਡ ਪਾਠ ਕਰਾਏ, ਲੰਗਰ ਲਾਏ, ਸੇਵਾ ਕੀਤੀ ਤੇ ਗੁਰੂ ਜੀ ਲੋਕ ਤੇ ਪਰਲੋਕ ਸੁਭਾਅ। ਆਓ ਮੈਂ ਬੇਨਤੀ ਕਰਾਂ, ਸੰਤ ਬਾਬਾ ਹਰਮਿੰਦਰ ਸਿੰਘ ਜੀ ਨੌਲੀ ਬਾਰੇ ਪਹੁੰਚੇ ਹੈ, ਉਹ ਵੀ ਇਸ ਸਥਾਨ ਤੇ ਬਹੁਤ ਸ਼ਰਧਾ ਰੱਖਦੇ ਭਾਵਨਾ ਰੱਖਦੇ। ਮੈਂ ਉਹਨਾਂ ਨੂੰ ਬੇਨਤੀ ਕਰਦਾ ਕੋਈ ਥੋੜਾ ਸਮਾਂ ਲਾ ਕੇ ਨਾਲੇ ਆਨੰਦ ਸਾਹਿਬ ਪੜ੍ਹ ਦੇਣਗੇ ਨਾਲੇ ਹਾਜ਼ਰੀ ਲਵਾ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ।